ਆਪਾਂ ਹੀ ਹੋਰ ਨਾ ਮਲ ਗਾ ਪਈ ਠੀਕ ਆ ਸ਼ੁਰੂ ਆ ਰੇਟ ਆਪਣੇ ਕੋਲ ਵੀਰੇ ਲੱਖ ਰੁਪਏ ਦੀ ਰੇਂਜ ਤੋਂ ਲੈ ਕੇ 3.5-4 ਲੱਖ ਤਾਈ ਮੈਂ 3.5-4 ਰੁਪਏ ਦੁੱਧ ਵੀਰ ਜੀ ਦੁੱਧ ਵੀਰੇ ਆਪਣੇ ਕੋਲ ਲਾਸਟ ਮੈਂ 25+ ਹੈ ਜੀ 25+ ਹਾਂਜੀ ਤੇ ਸੂਆ ਪਹਿਲਾਂ ਦੂਜਾ ਸੂਆ ਜੀ ਠੀਕ ਹੈ ਚੋ ਖੋਲੋ ਵੀਰ ਜੀ ਦੋ ਤਿੰਨ ਮਈਆਂ ਖੋਲੋ ਚੰਗੀਆਂ ਜੀ ਉਧਰਲੀ ਸਾਈਡ ਤੇ ਹਾਂਜੀ ਲਿਆਓ ਜੀ ਇਹ ਕੀ ਮੁੱਲ ਦੀ ਵੀ ਜੀ ਆ ਪਹਿਲੇ ਨੰਬਰ ਕੀ ਰੇਟ ਦੀ ਆ ਸਾਢੇ ਤਿੰਨ ਲੱਖ ਦੁੱਧ ਕਿੰਨਾ ਤਿਆਰ ਹੈ ਜੀ 22 ਲੀਟਰ ਦਾ ਤਿਆਰ ਤੇ ਦੂਜੇ ਨੰਬਰ ਵਾਲੀ ਜੀ 20 ਕਿਲੋ ਤੇ ਮੁੱਲ ਜੀ ਇਹਦਾ ਸਾਢੇ ਚਾਰ ਲੱਖ ਆਹ ਵੀ ਖੋਲੋ ਜੀ ਇੱਕ ਹੋਰ ਖੋਲ ਲੈ ਨਾਲ ਇੱਕ ਮਿੰਟ ਇੱਥੇ ਖੜੀ ਇੱਕ ਹੋਰ ਫੜੋ ਜੁੜਾ ਇੱਕ ਹੋਰ ਲਓ ਇੱਕ ਮਿੰਟ ਖੜ ਜਾ ਜੀ ਹਾਂ ਬਰਾਬਰ ਕਰਕੇ ਤੁਸੀਂ ਇੱਥੇ ਖੜੀ ਕਰੇ ਇੱਕ ਮਿੰਟ ਤੁਸੀਂ ਫੜ ਲਓ ਇੱਕ ਜਣਾ ਮੈਂ ਫੋਟੋ ਖਿੱਚੀ ਮਾੜੀ ਜੀ ਦੋਵੇਂ ਖੜੀਆਂ ਕਰ ਲਓ ਉਹਨੂੰ ਨਾਲ ਖੜੀ ਕਰੋ ਵੀਰ ਜੀ ਦੋਵੇਂ ਬੈਕ ਸਾਈਡ ਦਿਖਾਓ ਮੈਨੂੰ ਬਸ ਚਲੋ ਤੋਰੋ ਜੀ ਹੁਣ ਵੀਰ ਜੀ ਕਿੰਨਾ ਕਿੰਨਾ ਦੁੱਧ ਕਿੰਨਾ ਕਿੰਨਾ ਜੀ ਚਾਰੇ ਇਕੱਠੀਆਂ ਖੜੀਆਂ ਕਰ ਲਓ ਜੀ ਤੁਸੀਂ ਫੜ ਲਓ ਨਾ ਜੀ ਇੱਕ ਜਣਾ ਫੜ ਲਓ ਹਾਂ ਐਂ ਇੱਥੇ ਰੱਖਿਆ ਜੀ ਬਸ ਤੋਰ ਲਓ ਜਾਣਾ ਸਰ ਜੀ ਬੈਲਾ ਜੀ ਬਸ ਵੀਰ ਨੇ ਬੋਲਣਾ ਕੁਛ ਵੀਰ ਜੀ ਦੁੱਧ ਕਿੰਨਾ ਥੱਲੇ ਜੀ ਇਹਦੇ ਸੋਲਾਂ ਸਤਾਰਾਂ ਲੀਟਰ ਤੇ ਸੂਆ ਕਿੰਨਾ ਮੈਂ ਜੀ ਇਹ ਪਹਿਲਾ ਸੂਆ ਤੇ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ 2,25,000 ਰੁਪਏ ਇੱਧਰ ਦੋ ਨੰਬਰ ਤੇ ਆ ਜਾਓ ਜੀ ਇਹ ਥੱਲੇ ਜੀ
ਸੂਆ ਜੀ ਦੂਜਾ ਸੂਆ 18 ਲੀਟਰ ਪੂਰਾ ਨੈਟ ਦੁੱਧ ਤਿਆਰ ਆ ਤੇ ਮੁੱਲ ਜੀ ਇਹਦਾ ਇਹਦਾ 2.5 ਲੱਖ ਰੁਪਏ ਹੈ ਜੀ 2.5 ਲੱਖ ਇਧਰ ਆ ਗਏ ਇਹਦੇ ਤੋਂ ਦੱਸੋ ਜੀ ਇਹਦਾ ਮੁੱਲ ਇਹਦੇ ਸਮੇਂ ਵੀਰ ਜੀ 22 ਲੀਟਰ ਪਲੱਸ ਆਈ ਹੈ ਤਾਂ ਸੂਆ ਜੀ ਸੂਆ ਦੂਜਾ ਜੀ ਤੁਸੀਂ ਤੇ ਮੁੱਲ ਜੀ ਮੁੱਲ ਇਹਦਾ 4.5 ਲੱਖ ਇਧਰ ਆ ਗਏ ਇਹਦੇ ਬਾਰੇ ਦੱਸੋ ਜੀ ਇਹ ਸੂਆ ਕਿਨਮ ਹੈ ਜੀ ਇਹਦਾ ਵੀ ਦੂਜਾ ਸੂਆ ਦੂਜਾ ਸੂਆ ਤੇ ਦੁੱਧ ਕਿੰਨਾ ਤਿਆਰ ਹੈ ਜੀ 18 ਲੀਟਰ ਤੋਂ ਤਿਆਰ ਹੈ ਜੀ ਤੇ ਮੁੱਲ ਵੀਰ ਜੀ ਮੁੱਲ ਇਹਦਾ 3.5 ਲੱਖ ਬਾਕੀ ਮੌਕੇ ਲੈ ਸਕਦੇ ਹਾਂ ਲੱਖ ਤੋਂ ਲੈ ਕੇ 3.5-4 ਲੱਖ ਆਪਣੇ ਕੋਲ ਹੈਗੀ ਹੈ ਆਪਣੇ ਕੋਲ ਲੱਖ ਰੁਪਏ ਦੀ ਰੇਂਜ ਤੋਂ ਲੈ ਕੇ ਹਾਂਜੀ 4.5 ਰੇਂਜ ਦੇ ਪਾਸ ਜੀ ਚਲੋ ਠੀਕ ਹੈ ਵੀਰ ਜੀ ਓਕੇ।